मुथूट फाइनेंस में तकरीबन 9 बजे के आसपास एक अटेम्प्ट टू रॉबरी हुई थी। इसमें टोटल इन्होंने 5-6 बंदे आए हैं, इन्होंने फायरिंग भी करी है, 3-4 बंदों की फायरिंग करी है, उनको हॉस्पिटल ले गए हैं। 3 बंदे हमने आइडेंटिफाई कर लिए, राउंड अप कर लिए, बाकी अभी इन्वेस्टिगेशन कर रहे हैं कि जल्दी सारे इनमें सारे राउंड अप कर लेंगे। ਤੂੰ ਜਿਹੜਾ ਸਟਾਫ ਦਾ ਇਸ ਮੈਂ ਸਟਾਫ ਨੂੰ ਚੈੱਕ ਕਰਦਾ, ਮੈਂ ਇਹਨੂੰ ਚੈੱਕ ਕਰਕੇ ਮੈਂ ਪਿੱਛੇ ਗਿਆ। ਚੱਲ ਮੈਂ ਕਿਹਾ ਮੈਂ ਦੇਖਦਾ ਮੇਸ਼ ਆਉਣ ਵਾਲਾ, ਜਦ ਮੈਂ ਉਹ ਗਿਆ ਪਿੱਛੇ ਜਦੀ ਉਹਨਾਂ ਨੇ ਮੈਨੂੰ ਫੜ ਲਿਆ। ਕਿੰਨੇ ਕੁ ਬੰਦੇ ਸੀਗੇ? 5 ਬੰਦੇ ਜੀ, 5 ਕੋਲ ਵੈਪਨ ਸੀ ਅਤੇ ਦੂਜੇ ਬੰਦੇ ਨੂੰ ਵੀ ਜਦੀ ਫੜ ਲਿਆ ਉਹਨਾਂ ਨੇ, ਮੇਰੇ ਨਾਲ ਜਿਹੜਾ ਸੀ ਇੱਕ, ਸਾਨੂੰ ਦੋਵਾਂ ਨੂੰ ਦਵਾ ਦਾ ਮੂੰਹ ਲਪੇਟ ਕੇ ਕਹਿੰਦੇ ਗੋਲੀਆਂ ਵਿੱਚ ਦੀ ਕੱਢ ਦਾਂਗੇ ਜੀ ਤੁਸੀਂ ਸਾਹ ਵੀ ਕੱਢਿਆ, ਜਦੀ ਸਾਡੇ ਮਾਸ ਉਹ ਲਾ ਦੇ ਪੱਟੇ ਜੇ ਸੋਨਾ, ਉਹ ਸੋਨੇ ਦਾ ਬਚਾਅ ਹੋ ਗਿਆ ਜੀ, ਕਿਉਂਕਿ ਉਹ ਸਾਰੇ ਬੈਗ ਭਰ ਕੇ ਇੱਥੋਂ ਲੈ ਗਏ ਸੀ। ਜਦੋਂ ਥੱਲੇ ਸਾਡੇ ਬੰਦੇ ਇਕੱਠੇ ਹੋ ਗਏ, ਪੁਲਿਸ ਨੂੰ ਵੀ ਦੱਸਤਾ ਸੀ, ਪਰ ਉੱਥੇ ਉਹਨਾਂ ਨੇ ਉਦੋਂ ਹੀ ਗੋਲੀਆਂ ਚਲਾਈਆਂ ਵੀ ਬੈਗ ਉਹ ਸਾਡੇ ਕੋਲ ਵੀ ਉਹਦੇ 'ਚੋਂ ਕੁਛ ਕੱਢਿਆ ਜਾਂ ਨਹੀਂ ਕੱਢਿਆ ਇਹ ਰੱਬ ਹੀ ਜਾਣਦਾ, ਪਰ ਬੈਗ ਸਾਡੇ ਬਚ ਕੇ ਮਿਲ ਗਏ ਜੀ। ਹਾਂ ਇੱਕ ਹੀ ਬੰਦਾ ਇੱਥੋਂ ਬਾਹਰ ਨਿਕਲ ਗੋਲੀ ਮਾਰੀ, ਬਸ ਇੱਥੇ ਮੈਂ ਥਾੜ ਵੱਜੀ ਘੜਨਾ, ਵੀ ਹੋਰ ਬੰਦਾ ਵੀ ਸੀ? ਨਾ ਨਾ ਮੈਂ ਇਕੱਲਾ ਹੀ।